ਉਸ ਸਮੇਂ ਦਿਖਾਇਆ ਗਿਆ ਉਹ 99% ਡੇਰੇ ਦੇ ਪ੍ਰਤੀ ਗਲਤ ਦਿਖਾਇਆ ਗਿਆ ਜੀ। ਔਰ ਉਹਦੇ ਨਾਲ ਇੱਕ ਤੁਹਾਨੂੰ ਹੋਰ ਦੱਸਦਾ ਮੈਂ ਗੱਲ ਜੀ ਦੱਸੋ, ਜਦੋਂ ਜਿਹੜੇ ਉੱਥੇ ਲੋਕ ਜੁੜੇ ਹੋਏ ਸੀਗੇ, ਜਿਹੜੇ ਉਹ ਸਤਸੰਗੀ ਉੱਥੇ ਜੁੜੇ ਹੋਏ ਸੀਗੇ, ਉਹਨਾਂ ਦਾ ਜਿਹੜਾ ਵਿਸ਼ਵਾਸ ਸੀਗਾ ਉਸ ਤੋਂ ਵੀ ਜ਼ਿਆਦਾ ਪੱਕਾ ਹੋਇਆ। ਜਿਵੇਂ ਇਹਨਾਂ ਨੇ ਗੰਦ ਦਿਖਾਇਆ ਨਾ, ਉਹ ਉਸ ਤੋਂ ਵੀ ਜ਼ਿਆਦਾ ਪੱਕਾ ਹੋਇਆ ਉੱਥੇ ਲੋਕਾਂ ਦਾ। 6 ਕਰੋੜ ਸਾਧ ਸੰਗਤ ਅਜੇ ਉਸੇ ਤਰ੍ਹਾਂ ਜਿਹੜੀ ਖੜੀ ਹੈ, ਬਿਲਕੁਲ ਖੜੀ ਹੈ ਜੀ। ਹਾਂਜੀ ਬਿਲਕੁਲ ਖੜੀ ਹੈ ਜੀ। ਅਤੇ ਸਰਕਾਰ ਨੂੰ ਕੀ ਅਪੀਲ ਕਰੋਗੇ ਤੁਸੀਂ ਇਸ ਮਸਲੇ ਨੂੰ ਲੈ ਕੇ? ਸਰਕਾਰਾਂ ਨੂੰ ਅਸੀਂ ਪਹਿਲਾਂ ਵੀ ਅਪੀਲ ਕਰਦੇ ਹਾਂ ਜੀ, ਅੱਜ ਵੀ ਅਪੀਲ ਕਰਦੇ ਹਾਂ, ਮਾਨਯੋਗ ਰਾਸ਼ਟਰਪਤੀ ਜੀ ਨੂੰ ਅਪੀਲ ਕਰਦੇ ਹਾਂ, ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦੇ ਹਾਂ ਜੀ, ਕਿ ਜੇ ਇਹ ਧਰਤੀ ਖੜੀ ਹੈ ਜੀ ਤਾਂ ਇਹ ਸੰਤਾਂ ਦੇ ਸਹਾਰੇ 'ਤੇ ਖੜੀ ਹੈ ਜੀ। ਠੀਕ ਹੈ ਨਾ, CBI, ਸੁਪਰੀਮ ਕੋਰਟਾਂ, ਹਾਈ ਕੋਰਟਾਂ, ਇਹ ਜਿਹੜੀਆਂ ਨੇ ਨਾ, ਇਹਨਾਂ ਦੇ ਵਿੱਚ ਸਾਰੇ ਫੈਸਲੇ ਸੱਚੇ ਨਹੀਂ ਹੋਇਆ ਕਰਦੇ ਜੀ, ਇਹਨਾਂ ਦੇ ਵਿੱਚ ਸਾਰੇ ਜਿਹੜੇ ਗਵਾਹ ਨੇ ਉਹ ਸੱਚੇ ਨਹੀਂ ਭੁਗਤਿਆ ਕਰਦੇ ਜੀ। ਠੀਕ ਹੈ ਨਾ, ਇਹਨਾਂ ਕੋਲ ਕੋਈ ਐਸਾ ਮੀਟਰ ਨਹੀਂ ਹੈ ਕਿਸੇ ਕੋਲ ਕਿ ਜਿਹੜਾ ਕਹਿ ਦੇ ਜੀ ਇਹ ਬੰਦਾ ਝੂਠਾ ਹੈ, ਜੇ ਸੰਤ ਝੂਠੇ ਹੈ। ਜੇ ਐਸਾ ਮੀਟਰ ਹੁੰਦਾ ਨਾ ਤਾਂ ਉਸ ਟਾਈਮ ਦੇ ਹੁਕਮਰਾਨਾਂ ਨੇ ਕਿਤੇ ਬੱਚਿਆਂ ਦੇ ਗਲੇ ਨਹੀਂ ਕੱਟੇ ਜਾਂਦੇ ਸੀਗੇ। ਜੇ ਐਸੇ ਕੋਈ ਮੀਟਰ ਹੁੰਦੇ ਨਾ ਤਾਂ ਨਿੱਕੇ ਨਿੱਕੇ ਬੱਚੇ ਉੱਪਰ ਛਿੱਟ ਕੇ 6-6 ਮਹੀਨਿਆਂ ਦੇ ਥੱਲੇ ਨੇਜੇ ਨਹੀਂ ਕਰੇ ਜਾਂਦੇ। ਜੇ ਐਸੇ ਮੀਟਰ ਹੁੰਦੇ ਨਾ ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਨਹੀਂ ਪਾਏ ਜਾਂਦੇ ਜੀ। ਦੱਸੋ, ਸਰਕਾਰ ਨੂੰ ਇਹੀ ਬੇਨਤੀ ਕਰਨੀ ਚਾਹਾਂਗਾ ਕਿ ਸਮਾਜ ਭਲਾਈ ਦੇ ਜਿਹੜੇ ਕੰਮ ਹੋ ਰਹੇ ਆ ਜੀ, ਉਹਨੇ ਤਾਂ ਤੁਸੀਂ ਨਹੀਂ ਕਰਦੇ ਹੋਣੇ ਜੀ। ਆਹ ਤੁਹਾਡੇ ਸਮਾਜ ਭਲਾਈ ਦੇ ਜਿਹੜੇ ਕੰਮ ਕਰ ਰਹੇ ਹੋ ਨਾ ਤੁਸੀਂ, ਆਹ ਕਿਸਾਨ ਨੇ ਵਿਚਾਰੇ, ਆਹ ਸਾਰੇ ਹਿੰਦੁਸਤਾਨ ਦੇ ਗਰੀਬ ਕਿਸਾਨ ਨੇ ਜਿਹੜੇ ਉਹ ਉੱਥੇ ਬੈਠੇ ਆ ਬਾਰਡਰ 'ਤੇ ਜੀ। ਠੀਕ ਹੈ ਨਾ, ਤੁਸੀਂ ਇਹਨਾਂ ਦਾ ਹੀ ਭਲਾ ਕਰਦੇ ਹੋ ਜੀ। ਕਿਸਾਨ ਨੂੰ ਉਹਦਾ ਹੱਕ ਹੀ ਦੇ ਦਿਓ, ਗਰੀਬਾਂ ਨੂੰ ਉਹਨਾਂ ਦਾ ਹੱਕ ਦੇ ਦਿਓ। ਅਤੇ ਜਿਹੜੀ ਆ ਗਰੀਬ ਵਿਚਾਰੇ ਬੇਜ਼ਮੀਨਾਂ ਦੀਆਂ ਤੁਸੀਂ ਜ਼ਮੀਨਾਂ ਉਹਨਾਂ ਰੁਜ਼ਗਾਰ ਖੋ ਰਹੇ ਹੋ, ਜ਼ਮੀਨ ਵਾਲਿਆਂ ਦੀਆਂ ਜ਼ਮੀਨਾਂ ਖੋ ਰਹੇ ਹੋ, ਤੁਸੀਂ ਇਹੀ ਦੇ ਦਿਓ ਸਰਕਾਰ। ਜੇ ਸਹੀ ਸਰਕਾਰ ਮਹੀਨੇ ਦੇ ਵਿੱਚ ਜੇ ਕੋਈ ਭਲਾਈ ਕਰਨਾ ਚਾਹੁੰਦੀ ਆ ਨਾ ਤਾਂ ਸੰਤਾਂ ਨੂੰ, ਇਕੱਲੇ ਮੈਂ ਡੇਰਾ ਸੱਚਾ ਸੌਦੇ ਵਾਲੇ ਸੰਤਾਂ ਦੀ ਗੱਲ ਨਹੀਂ ਕਰਦਾ, ਜਿਹੜੇ ਸੰਤ ਨੇ ਉਹਨਾਂ ਨੂੰ ਸਾਰੀ ਲੋਕਾਂ ਨੂੰ ਪਤਾ ਕਿ ਸੰਤ ਕੀ ਹੁੰਦਾ ਗਾ। ਇਹ ਸਰਕਾਰ ਜਿਹੜੀ ਇਕੱਲੀ ਆ, ਇਹਦੇ 5-7 ਬੰਦੇ ਨਹੀਂ ਉਹ ਕਰਦੇ ਹੈਗੇ ਵੀ ਇਹ ਫਲਾਣਾ ਵਧੀਆ ਸੰਤ ਆ, ਇਹ ਸੱਚਾ ਸੰਤ ਆ, ਉਹਨਾਂ ਕੋਲ ਐਸਾ ਮੀਟਰ ਨਹੀਂ ਹੈ। ਸੰਤਾਂ ਨੂੰ ਇਹ ਤੁਹਾਡਾ ਕਲੰਕ ਨਾ, ਜਿਹੜੀ ਆ ਮਹਾਂਮਾਰੀ ਫੈਲ ਰਹੀ ਆ, ਕਦੇ ਵਰਲਡ ਫਲੂ ਆ ਗਿਆ, ਕਦੇ ਕਰੋਨਾ ਆ ਗਿਆ, ਇਹ ਤੁਹਾਡੇ ਤੋਂ ਤਾਂ ਉਤਰੂਗਾ ਜੇ ਸੰਤਾਂ ਨੂੰ ਤੁਸੀਂ ਬਾਹਰ ਕੱਢੋਗੇ। ਇਹ ਅਪੀਲ ਹੈ ਸਰਕਾਰ ਨੂੰ, ਨਹੀਂ ਤਾਂ ਇਹ ਜਿਹੜਾ ਖੜ ਗਿਆ ਤੁਹਾਡਾ ਸਾਰਾ ਸਿਸਟਮ, ਸਾਲ ਹੋ ਗਿਆ ਖੜੇ ਨੂੰ, ਹੁਣ ਕਿਸਾਨਾਂ ਨੇ ਖੜਾਤਾ, ਆ ਬਰਡ ਫਲੂ ਆ ਗਿਆ। ਜੇ ਸੰਤਾਂ ਦੇ ਸੱਦਰ ਹੁੰਦੇ ਰਹੇ ਨਾ ਤਾਂ ਸੰਤਾਂ ਦੀ ਲਾਠੀ, ਰੱਬ ਦੀ ਲਾਠੀ ਬਹੁਤ ਵੱਡੀ ਹੁੰਦੀ ਹੈ ਜੀ। ਇਹ ਸੀਗੇ ਡਾਕਟਰ ਬਹਾਦਰ ਜੀ ਗੱਗਾ, ਜੋ ਪੂਰੇ ਸਮਾਜ ਦੇ ਵਿੱਚ ਜਿਹਨਾਂ ਦੀ ਇੱਕ ਸ਼ਖਸੀਅਤ ਵਜੋਂ ਉਹਨਾਂ ਨੂੰ ਦੇਖਿਆ ਜਾਂਦਾ। ਇਹਨਾਂ ਦਾ ਵੀ ਇਹੀ ਮੰਨਣ ਹੈ ਵੀ ਜੇਕਰ ਸੰਤ ਗੁਰਮੀਤ ਰਾਮ ਸਿੰਘ ਜੀ ਇਨਸਾਨ ਨੂੰ ਜਲਦੀ ਤੋਂ ਜਲਦੀ ਜਿਹੜਾ ਰਿਹਾਅ ਕੀਤਾ ਜਾਵੇ ਤਾਂ ਕਿ ਜਿਹੜੇ ਸਮਾਜ ਦੇ ਵਿੱਚ ਫੈਲੀ ਹੋਈ ਆ ਅਣਗਿਣਤ ਬੇਸ਼ੁਮਾਰ ਨਸ਼ਾ ਬਿਮਾਰੀਆਂ, ਅਨੇਕਾਂ ਹੋਰ ਪ੍ਰਕਾਰ ਦੀਆਂ ਜਿਹੜੀਆਂ ਕੁਰੀਤੀਆਂ ਨੇ ਸਾਡੇ ਸਮਾਜ ਦੇ ਅੰਦਰ ਫੈਲੀਆਂ ਹੋਈਆਂ ਨੇ, ਜੇਕਰ ਉਹਨਾਂ 'ਤੇ ਠੱਲ ਪਾਉਣੀ ਹੈ ਜਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਉਹ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ ਜੇ ਸੰਤਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੀਤਾ ਜਾਵੇ। ਸੋ ਡਾਕਟਰ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੇਖਦੇ ਰਹੋ ਦਾ ਇਫੈਕਟ ਹੈ ਆਈਜ਼, ਅਸੀਂ ਤੁਹਾਡੇ ਰੂਬਰੂ ਕਰਵਾਉਂਦੇ ਰਹਾਂਗੇ ਹੋਰ ਅਜਿਹੀਆਂ ਸ਼ਖਸੀਅਤਾਂ ਜੋ ਡੇਰੇ ਦੇ ਪ੍ਰਤੀ ਰੱਖਦੇ ਨੇ, ਕਿਸ ਤਰ੍ਹਾਂ ਦਾ ਗਿਆਨ ਕੀ ਹੈ ਉਹਨਾਂ ਦੇ ਅੰਦਰ, ਡੇਰੇ ਦਾ ਛੁਪਿਆ ਹੋਇਆ ਰਾਜ ਕਿਉਂ, ਅੱਜ ਉਹਨਾਂ ਦੇ ਬਿਜ਼ਨਸ ਜਿਹੜੇ ਹੈ ਸਕਸੈਸਫੁਲ ਕਿਉਂ ਨੇ, ਕਿਵੇਂ ਉਹ ਅੱਗੇ ਵੱਧ ਰਹੇ ਨੇ ਸਮਾਜ ਦੇ ਅੰਦਰ, ਇਹ ਦੇਖਦੇ ਰਹੋ ਦਾ ਇਫੈਕਟ ਹੈ। ਰੂਬਰੂ ਕਰਵਾਉਂਦੇ ਰਹਾਂਗੇ ਜੀ ਅਜਿਹੀਆਂ ਹੋਰ ਸ਼ਖਸੀਅਤਾਂ, ਜਲਦੀ ਲੈ ਕੇ ਆਵਾਂਗੇ ਉਦੋਂ ਤੱਕ ਦੇਖਦੇ ਰਹੋ ਦਾ ਇਫੈਕਟ। ਆਪਣੀ ਰਾਏ ਕਮੈਂਟ ਬਾਕਸ ਜ਼ਰੂਰ ਦੇਣਾ ਤਾਂ ਕਿ ਜਿਹੜਾ ਸਾਡਾ ਹੌਸਲਾ ਹੈ ਉਹ ਵੱਧਦਾ ਰਹੇ। ਮੈਨੂੰ ਸੁਖਵਿੰਦਰ ਕੋਟਲੀ ਅਤੇ ਬਾਈ ਮੱਕੜ ਸ਼ਰਮਾ ਨੂੰ ਦਿਓ ਇਜਾਜ਼ਤ, ਦਿਓ ਦਾ ਸਾਨੂੰ ਦਿਓ ਇਜਾਜ਼ਤ। ਦੇਖਦੇ ਰਹੋ ਦਾ ਇਫੈਕਟ ਹੈ ਜੀ। ਧੰਨਵਾਦ।